ਸੁਣੋ ਬੜੇ ਧਿਆਨ ਦੇ ਨਾਲ, ਉਸ ਭੀੜ ਦੇ ਵਿੱਚ ਇੱਕ ਔਰਤ ਸੀ। ਤੁਸੀਂ ਬੋਲੋ ਇੱਕ ਔਰਤ ਸੀ, ਸਭ ਜਣੇ ਬੋਲੋ, ਉੱਚੀ ਆਵਾਜ਼ ਨਾਲ ਬੋਲੋ, ਇੱਕ ਔਰਤ ਸੀ ਉਸ ਭੀੜ ਦੇ ਵਿੱਚ ਜਿਸ ਨੂੰ 12 ਵਰਿਆਂ ਤੋਂ ਲਹੂ ਆਉਂਦਾ ਸੀ। ਬੋਲੋ, ਜਿਸ ਨੂੰ 12 ਵਰਿਆਂ ਤੋਂ ਲਹੂ ਆਉਂਦਾ ਸੀ। ਹੁਣ ਅੱਗੇ ਕੀ ਹੋਇਆ, ਉਸ ਔਰਤ ਨੇ ਬਹੁਤ ਹਕੀਮਾਂ ਦੇ ਕੋਲੋਂ, ਬਹੁਤ ਜ਼ਿਆਦਾ ਹਕੀਮਾਂ ਦੇ ਕੋਲੋਂ, ਡਾਕਟਰਾਂ ਦੇ ਕੋਲੋਂ, ਬੋਲੋ ਹਾਲੇਲੂਯਾ, ਹਕੀਮਾਂ ਦੇ ਕੋਲੋਂ, ਬਹੁਤ ਸਾਰੇ ਡਾਕਟਰਾਂ ਦੇ ਕੋਲੋਂ ਉਹਨੇ ਸਿਗੋ ਦੁੱਖ ਪਾਇਆ। ਕੀ ਪਾਇਆ ਉਹਨੇ? ਇੱਕ ਇੱਕ ਲਾਈਨ ਆਪਾਂ ਸਿੱਖਾਂਗੇ। ਉਹਨੇ ਹਕੀਮਾਂ ਦੇ ਕੋਲੋਂ ਜਾ ਕੇ, ਬਾਬਿਆਂ ਦੇ ਕੋਲੋਂ ਜਾ ਕੇ, ਡਾਕਟਰਾਂ ਦੇ ਕੋਲੋਂ ਜਾ ਕੇ ਸਿਗੋ ਹੋਰ ਉਹਨੇ ਕੀ ਪਾਇਆ? ਦੁੱਖ ਪਾਇਆ। ਵਿਚਾਰੀ ਜਾਂਦੀ ਤੇ ਕੀ ਕਰਨ ਲਈ ਸੀ? ਚੰਗੀ ਹੋਣ ਦੇ ਲਈ ਜਾਂਦੀ ਸੀ। ਉਹ ਸੋਚਦੀ ਕਿ ਮੈਨੂੰ ਰਾਮ ਆ ਜਾਏਗਾ, ਉਹ ਸੋਚਦੀ ਸੀ ਕਿ ਮੇਰੀ ਮੈਨੂੰ ਚੰਗਿਆਈ ਮਿਲ ਜਾਏਗੀ, ਮੈਨੂੰ ਚੰਗਿਆਈ ਮਿਲੇਗੀ। ਜਿੱਥੇ ਜਿੱਥੇ ਉਹਨੂੰ ਦੱਸਦੇ ਸੀ, ਜਿਹੜਾ ਬਾਬਾ ਦੱਸਦੇ ਸੀ ਬਾਬੇ ਵੱਲ ਚਲੀ ਜਾਂਦੀ ਸੀ। ਜਿਹੜਾ ਕੋਈ ਹਕੀਮ ਉਸ ਟਾਈਮ ਦਾ ਕੋਈ ਹਕੀਮ ਸੀ, ਕੋਈ ਚੰਗਾ ਹਕੀਮ ਸੀ, ਉਸ ਦੇ ਕੋਲ ਜਾਂਦੀ ਸੀ। ਮੇਰੇ ਪਿਆਰੇ ਪਿਆਰੇ ਭੈਣ ਭਰਾਓ, ਹੋ ਸਕਦਾ ਉਹਨੂੰ ਆਸੇ ਪਾਸੇ ਬਹੁਤ ਸਾਰੇ ਦੱਸਦੇ ਹੋਣਗੇ ਕਿ ਤੂੰ ਫਲਾਣੇ ਹਕੀਮ ਕੋ ਜਾ। ਉਹ ਕਹਿੰਦੀ ਹੋਏਗੀ ਮੈਂ ਉਹਦੇ ਕੋਲ ਜਾ ਹੀ ਹਾਂ, ਉਹਦੇ ਕੋਲ ਜਾ ਹੀ ਹਾਂ, ਉਹਨੇ ਬੜੇ ਪੈਸੇ ਲਏ ਪਰ ਰਾਮ ਨਹੀਂ ਆਇਆ। ਉਹ ਫਿਰ ਦੂਸਰਾ ਕੋਈ ਹੋਰ ਮਿਲਦਾ ਹੋਏਗਾ। ਨੀ ਭੈਣ, ਤੈਨੂੰ ਰਾਮ ਆਇਆ ਕਿ ਨਹੀਂ ਆਇਆ? ਤੂੰ ਚੰਗੀ ਹੋਈ ਕਿ ਨਹੀਂ ਹੋਈ? ਉਹ ਨਹੀਂ, ਮੈਂ ਚੰਗੀ ਨਹੀਂ ਹੋਈ। ਉਹ ਕਹਿੰਦੇ ਹੋਣਗੇ ਫਲਾਣੀ ਫਲਾਣੀ ਜਗ੍ਹਾ ਤੇ ਜਾ, ਫਲਾਣੀ ਫਲਾਣੀ ਜਗ੍ਹਾ ਤੇ ਬਾਬਾ ਜੀ ਉਹ ਤੈਨੂੰ ਠੀਕਰੀ ਦੇਵੇਗਾ, ਤੈਨੂੰ ਥੋੜੀ ਜਿਹੀ ਸਵਾਈ ਦੇ ਦੇਗਾ, ਤੈਨੂੰ ਉਹ ਪੁੜੀ ਬਣਾ ਕੇ ਦੇਵੇਗਾ, ਉਹ ਤੇਰੇ ਕੋਲ 5500 ਵੀ ਲਵੇਗਾ ਦੇਦੀ, ਪਰ ਤੈਨੂੰ ਰਾਮ ਆ। ਉਹ ਕਹਿੰਦੀ ਹੋਏਗੀ ਮੈਨੂੰ 5500 ਨੀ, ਮੈਂ ਤੇ ਸਗੋਂ ਦੋ ਵਾਰੀ 5500 ਦਿੱਤਾ, ਉਹਦੀਆਂ ਦਿੱਤੀਆਂ ਪੁੜੀਆਂ ਬੜੀਆਂ ਖਾਧੀਆਂ, ਐਡਾ ਵੱਡਾ ਤਵੀਤ ਵੀ ਮੈਂ ਗਲ ਚ ਪਾਇਆ, ਕਮਰ ਤੇ ਬੰਨਿਆ, ਮੈਂ ਆਪਣੇ ਗੋਡ ਤੇ ਬੰਨਿਆ, ਪਰ ਕੋਈ ਫਰਕ ਨਹੀਂ ਪਿਆ। ਬੋਲੋ ਹਾਲੇਲੂਯਾ। ਉਹ ਦਿਨ ਪ੍ਰਤੀ ਉਹਦਾ ਦੁੱਖ ਵੱਧਦਾ ਜਾ ਰਿਹਾ ਆ, ਉਹ ਵੱਧਦਾ ਹੀ ਜਾ ਰਿਹਾ, ਉਹ ਕਮਜ਼ੋਰ ਹੋ ਰਹੀ ਆ, ਉਹ ਖੂਨ ਵਹੀ ਜਾ ਰਿਹਾ, ਉਹਦੇ ਵਿੱਚੋਂ ਖੂਨ ਨਿਕਲਦਾ ਜਾ ਰਿਹਾ, ਉਹ ਭੀੜ ਦੇ ਵਿੱਚ ਫਸ ਗਈ ਆ, ਉਹ ਭੀੜ ਚ ਚਲੀ ਗਈ। ਜਦੋਂ ਉਹਨੇ ਸੋਚਿਆ ਮੈਨੂੰ ਇਸ ਭੀੜ ਚੋਂ ਨਿਕਲਣਾ ਪਊਗਾ, ਇਹ ਭੀੜ ਛੱਡਣੀ ਪਵੇਗੀ, ਇਸ ਭੀੜ ਦੇ ਵਿੱਚੋਂ ਨਿਕਲ ਕੇ ਉਹਨੇ ਯੇਸੂ ਲੱਭਿਆ। ਤੇ ਉਹਨੇ ਜਦੋਂ ਯੇਸੂ ਨੂੰ ਲੱਭ ਲਿਆ ਤੇ ਪਿੱਛੋਂ ਦੀ ਆਈ ਤੇ ਮਨ ਚ ਵਿਚਾਰਿਆ ਕਿ ਮੈਂ ਯੇਸੂ ਕੋਲ ਜਾਊਂਗੀ ਤੇ ਯੇਸੂ ਦਾ ਪੱਲਾ ਹੀ ਸੂ ਲਵਾਂਗੀ ਤੇ ਮੈਂ ਆਪਣੀ ਬਿਮਾਰੀ ਤੋਂ ਆਜ਼ਾਦ ਹੋ ਜਾਊਂਗੀ। ਯੂ ਹੈਵ ਗ੍ਰੇਟ ਪਾਵਰ, ਯੂ ਆਰ ਸੁਪਰ ਪਾਵਰ, ਸੁਪਰੀਮ ਪਾਵਰ, ਗੁਰੂ ਜੀ
ਰੀਮਨੀ ਖਾਨ ਕ੍ਰੈਮਰ ਪਾਵਰ ਗਰੋਥ ਪਾਵਰ। ਮੈਂ ਯਸ਼ੂ ਕੋਲ ਜਾਊਂਗੀ। ਕਿਹਦੇ ਕੋਲ ਜਾਊਂਗੀ? ਪਹਿਲੇ ਉਹਨੇ ਕੀ ਕੀਤਾ? ਭੀੜ ਨੂੰ, ਭੀੜ ਦੇ ਵਿੱਚੋਂ ਨਿਕਲ ਆਈ। ਕਿਹਦੇ ਵਿੱਚੋਂ ਨਿਕਲੀ? ਭੀੜ ਵਿੱਚੋਂ ਨਿਕਲ ਆਈ। ਜਦੋਂ ਤੁਸੀਂ ਭੀੜ ਦੇ ਵਿੱਚੋਂ ਨਿਕਲੋਗੇ, ਭੀੜ ਨੂੰ ਛੱਡ ਦੋਗੇ, ਜਿੰਨਾ ਚਿਰ ਤੁਸੀਂ ਭੀੜ ਦੇ ਵਿੱਚ ਹੋ, ਜਿੰਨਾ ਤੁਸੀਂ ਭੀੜਾਂ ਦੇ ਵਿੱਚ ਬੈਠੇ ਹੋ, ਜਿੰਨਾ ਚਿਰ ਤੁਸੀਂ ਭੀੜਾਂ ਦੇ ਵਿੱਚ ਭਾਵੇਂ ਜਿੰਨੀ ਮਰਜ਼ੀ ਤਾਲੀ ਵਜਾ ਰਹੇ ਹੋ, ਜਿੰਨੀ ਮਰਜ਼ੀ ਆਰਾਧਨਾ ਕਰ ਰਹੇ ਹੋ, ਨੱਚ ਰਹੇ ਹੋ, ਯਸੂ ਨਹੀਂ ਤੁਹਾਨੂੰ ਲੱਭੇਗਾ। ਇਹ ਭੀੜ ਨੂੰ ਛੱਡਣਾ ਪਵੇਗਾ, ਇਹ ਸੰਸਾਰ ਨੂੰ ਛੱਡਣਾ ਪਵੇਗਾ, ਸੰਸਾਰ ਦੀਆਂ ਗੱਲਾਂ ਛੱਡਣੀਆਂ ਪੈਣਗੀਆਂ, ਸੰਸਾਰ ਦੇ ਕੰਮ ਛੱਡਣੇ ਪੈਣਗੇ। ਜਦੋਂ ਹੀ ਤੁਸੀਂ ਸੰਸਾਰ ਨੂੰ ਤੇ ਭੀੜ ਨੂੰ ਛੱਡ ਦੋਗੇ, ਤੇ ਜਦੋਂ ਤੁਸੀਂ ਭੀੜ ਦੇ ਵਿੱਚੋਂ ਨਿਕਲ ਕੇ ਯਸੂ ਨੂੰ ਲੱਭ ਲੋਗੇ ਤੇ ਯਸੂ ਕੋਲ ਆ ਜਾਓਗੇ, ਤੇ ਯਸੂ ਤੁਹਾਡੀ ਤੁਹਾਡੀ ਕੱਲਿਆਂ ਦੀ ਬਿਮਾਰੀ ਨਹੀਂ, ਤੁਹਾਡੇ ਪਰਿਵਾਰ ਦੀ ਬਿਮਾਰੀ, ਤੁਹਾਡੇ ਖਾਨਦਾਨ ਦੀਆਂ ਬਿਮਾਰੀਆਂ, ਪਰੇਸ਼ਾਨੀਆਂ, ਗਰੀਬੀ, ਲਾਚਾਰੀ ਵੀ ਖਤਮ ਕਰ ਦੇਗਾ। ਹੋਲੀ ਕਾਲ ਮੈਂ ਸ਼ੀਸ਼ ਤੁਹਾਡੀ ਪ੍ਰਾਵਰ ਬਹੁ ਕੀ ਛੱਡਣਾ ਪਵੇਗਾ? ਭੀੜ ਨੂੰ ਛੱਡਣਾ ਪੈਣਾ। ਬੋਲੋ ਹਾਲੇਲੂਯਾ। ਬਾਈਬਲ ਚ ਲਿਖਿਆ ਤੁਸੀਂ ਧੰਨ ਹੋ, ਤੁਹਾਡੇ ਅਜਾਲੀ ਨੇ। ਤੁਹਾਡੇ ਕੀ ਨੇ? ਅਜਾਲੀ ਨੇ। ਉਹਨਾਂ ਦੀ ਅਜਾਲੀ ਕੋਈ ਨਹੀਂ ਆ, ਤੇ ਜਿਹਦਾ ਕੋਈ ਅਜਾਲੀ ਨਹੀਂ ਹੁੰਦਾ ਉਹ ਭੇਡ ਅੱਜ ਵੀ ਮਰੀ ਤੇ ਕੱਲ ਵੀ। ਉਹ ਭੇਡ ਦਿਨ ਪ੍ਰਤੀ ਕਮਜ਼ੋਰ ਹੁੰਦੀ ਜਾਏਗੀ, ਕਿਉਂਕਿ ਉਹਦਾ ਕੋਈ ਅਜਾਲੀ ਨਹੀਂ ਆ। ਉਸ ਭੈਣ ਨੇ ਵੀ ਸੋਚਿਆ ਵੀ ਇੱਥੇ ਤੇ ਕੋਈ ਅਜਾਲੀ ਨਹੀਂ ਆ, ਇੱਥੇ ਤੇ ਮੇਰੀ ਕੋਈ ਦੇਖਭਾਲ ਕਰਨ ਵਾਲਾ ਹੀ ਨਹੀਂ ਆ, ਮੈਨੂੰ ਕੋਈ ਵੇਖਣ ਵਾਲਾ ਹੀ ਨਹੀਂ ਆ, ਮੈਂ ਹੁਣ ਡਾਇਰੈਕਟ ਯਸੂ ਦੇ ਕੋਲ ਜਾਊਂਗੀ। ਤੇ ਪਿੱਛੋਂ ਦੀ ਜਾ ਕੇ ਯਸੂ ਦਾ ਪੱਲਾ ਹੀ ਫੜ ਆਈ। ਭਲਾ ਕਿੱਦਾਂ ਯਸੂ ਦਾ ਜਦੋਂ ਪੱਲਾ ਫੜਿਆ ਕਿੱਦਾਂ ਆਈ? ਭੀੜ ਨੂੰ ਤੇ ਉਹਨੇ ਛੱਡਿਆ, ਪਰ ਡਰਦੀ ਹੋਈ ਕੰਬਦੀ ਕੰਬਦੀ ਯਸੂ ਦੇ ਕੋਲ ਆਈ, ਕੰਬਦੀ ਕੰਬਦੀ ਡਰਦੀ ਡਰਦੀ ਯਸੂ ਦੇ ਕੋਲ ਆਈ। ਉਹਨੇ ਉਹਨੂੰ ਡਰ ਲੱਗਾ ਯਸੂ ਦੇ ਕੋਲੋਂ। ਬੋਲੋ ਹਾਲੇਲੂਯਾ। ਤੁਹਾਨੂੰ ਲੱਗਦਾ? ਤੁਹਾਨੂੰ ਤੇ ਲੱਗਦਾ ਹੀ ਨਹੀਂ। ਜੇ ਲੱਗਦਾ ਹੋਵੇ ਤੇ ਤੁਹਾਨੂੰ ਸ਼ਨੀਵਾਰ ਚਿੰਤਾ ਨਾ ਹੋਵੇ, ਤੁਹਾਨੂੰ ਸ਼ਨੀਵਾਰ ਹੀ ਚਿੰਤਾ ਹੋਵੇ ਕਿ ਮੈਂ ਪਰਮੇਸ਼ਵਰ ਦੇ ਘਰ ਜਾਣਾ, ਪਰਮੇਸ਼ਵਰ ਨੇ ਮੇਰੇ ਗੁਰਦੇ ਨਵੇਂ ਪਾਏ ਨੇ, ਪਰਮੇਸ਼ਵਰ ਨੇ ਮੈਨੂੰ ਘਰ ਦਿੱਤਾ, ਪਰਮੇਸ਼ਵਰ ਨੇ ਮੈਨੂੰ ਆਸ਼ੀਸ਼ ਦਿੱਤੀ, ਪਰਮੇਸ਼ਵਰ ਨੇ ਹੀ ਮੈਨੂੰ ਬਰਕਤ ਦਿੱਤੀ, ਪਰਮੇਸ਼ਵਰ ਨੇ ਹੀ ਮੈਨੂੰ ਨਵਾਂ ਰਸਤਾ ਦਿੱਤਾ, ਪਰਮੇਸ਼ਵਰ ਨੇ ਹੀ ਮੈਨੂੰ ਨੌਕਰੀ ਦਿੱਤੀ, ਪਰਮੇਸ਼ਵਰ ਨੇ ਹੀ ਮੈਨੂੰ ਮੇਰਾ ਕਾਰੋਬਾਰ ਵਧਾਇਆ, ਪਰਮੇਸ਼ਵਰ ਨੇ ਹੀ ਮੇਰੇ ਬੱਚਿਆਂ ਨੂੰ ਸੰਭਾਲ ਕੇ ਰੱਖਿਆ, ਤੇ ਮੈਂ ਪਰਮੇਸ਼ਵਰ ਦੇ ਕੋਲ ਜਾਵਾਂਗੀ ਤੇ ਹੋਰ ਉਹਦੇ ਕੋਲ ਆਸ਼ੀਸ਼ ਲੈ ਕੇ। ਤੁਹਾਨੂੰ ਤੇ ਡਰ ਹੀ ਨਹੀਂ ਲੱਗਦਾ? ਕਹਿੰਦੇ ਅਸੀਂ ਡਰਦੇ ਹਾਂ। ਜੇ ਡਰ ਲੱਗਦਾ ਹੋਵੇ ਪਰਮੇਸ਼ਵਰ ਦੇ ਕੋਲੋਂ ਤੇ ਤੁਸੀਂ ਕਦੇ ਪਾਪ ਨਾ ਕਰੋ। ਜੇ ਤੁਹਾਨੂੰ ਡਰ ਲੱਗਦਾ ਹੋਵੇ ਤੇ ਕਾਰੋਬਾਰ ਪਰਮੇਸ਼ਵਰ ਵਾਲੇ ਦਿਨ ਕਦੇ ਵੀ ਨਾ ਕਰੋ। ਬੋਲੋ ਹਾਲੇਲੂਯਾ। ਤੁਹਾਨੂੰ ਪਤਾ ਜਿਹੜਾ ਤੁਸੀਂ ਪਰਮੇਸ਼ਵਰ ਦਾ ਖਾਂਦੇ ਹੋ ਉਹਦੇ ਵਿੱਚ ਜ਼ਹਿਰ ਹੈ। ਜੋ ਤੁਸੀਂ ਪਰਮੇਸ਼ਵਰ ਦਾ ਦਿਨ ਖਾਂਦੇ ਹੋ ਤੇ ਉਹ ਦਿਨ ਵੀ ਜ਼ਹਿਰ ਵਰਗਾ। ਜੇ ਤੁਸੀਂ ਪਰਮੇਸ਼ਵਰ ਦੀ ਦਸਮ ਖਾਂਦੇ ਹੋ ਤੇ ਜ਼ਹਿਰ ਜੇ ਨਿਹਰਾ। 10 ਰੋਟੀਆਂ ਨੇ ਨਾ ਤੇ ਇਹ ਸੋਚੋ ਇੱਕ ਰੋਟੀ ਦੇ ਵਿੱਚ ਜ਼ਰੂਰ ਜ਼ਹਿਰ ਆ,
ਉਹ ਜਦੋਂ ਤੁਸੀਂ ਤੇ ਤੁਹਾਡੇ ਬੱਚੇ ਉਸ ਰੋਟੀ ਨੂੰ ਖਾ ਲੈਂਦੇ ਆ ਤੇ ਉਹ ਸਾਰੇ ਟੱਬਰ ਦੇ ਵਿੱਚ ਜ਼ਹਿਰ ਫੈਲ ਜਾਂਦਾ ਤੇ ਦੂਸਰੇ ਦਿਨ ਨਿੱਕਾ ਬਿਮਾਰ ਹੋ ਗਿਆ, ਤੀਸਰੇ ਦਿਨ ਵੱਡਾ ਬਿਮਾਰ ਹੋ ਗਿਆ। ਹੈਂ ਆਹ ਹੁਣ ਉਹ ਦੋਨੇ ਠੀਕ ਹੋ ਗਈ। ਲੈ ਹੁਣ ਆ ਲੈ ਨਹੀਂ ਆਈ ਉਹ ਆ ਘੁੱਗੀ ਵੀ ਹੋ ਗਈ ਆ। ਬੋਲੋ ਹਾਲੇਲੂਇਆ। ਹੈ ਨਾ ਘੁੱਗੀ ਠੀਕ ਹੋਈ ਆ ਤੇ ਫਿਰ ਬੁੜੀ ਤਾਂ ਕਿਤੇ ਗਈ ਨਹੀਂ। ਬੁੜੀ ਕਿਹੜੀ ਚਰਚ ਆਉਂਦੀ, ਸ਼ੈਤਾਨ ਤਾਂ ਸਿਗੋ ਨੂੰ ਜ਼ਿਆਦਾ ਫੜਦਾ। ਬੋਲੋ ਹਾਲੇਲੂਇਆ। ਹੈ ਨਾ ਬੋਲੋ ਹਾਲੇਲੂਇਆ। ਉਹ ਜਿਵੇਂ 10 ਆਂਡੇ ਨੇ ਤੇ ਇੱਕ ਆਂਡਾ ਜੇ ਇੱਕ ਆਂਡਾ ਪ੍ਰਭੂ ਦਾ ਵਾ ਉਹਦੇ ਦਾਸ ਦਾ ਵਾ ਤੇ ਉਹ ਜ਼ਹਿਰ ਵਾਲਾ ਆਂਡਾ ਦਾਸ ਖਾਏਗਾ ਤੇ ਉਹਨੂੰ ਕੁਝ ਨਹੀਂ ਹੋਏਗਾ। ਉਹ ਚਰਚ ਚ ਆ ਜਾਏਗਾ ਤੇ ਉਹ ਆਂਡਾ ਪਵਿੱਤਰ ਹੋ ਜਾਏਗਾ ਤੇ ਉਹਦੇ ਨਾਲ ਤੁਹਾਡੇ ਵੀ 9 ਆਂਡੇ ਪਵਿੱਤਰ ਹੋ ਜਾਣਗੇ ਤੇ 9 ਆਂਡਿਆਂ ਦੇ ਵਿੱਚ ਤਾਕਤ ਹੋਵੇਗੀ, 9 ਆਂਡਿਆਂ ਦੇ ਵਿੱਚ ਬਰਕਤ ਹੋਵੇਗੀ, 9 ਆਂਡਿਆਂ ਦੇ ਵਿੱਚ ਆਸ਼ਿਸ਼ ਹੋ ਜਾਏਗੀ ਤੇ 9 ਦੇ 9 ਦੂਣੀ ਕਿੰਨੇ ਬਣ ਜਾਂਦੇ ਨੇ, 9 ਦੂਣੀ 18। ਪ੍ਰਭੂ ਤੁਹਾਨੂੰ 9 ਦੂਣੀ 18 ਤੇ ਬਾਰ ਬਾਰ ਮੈਂ ਤੁਹਾਨੂੰ ਇਹੀ ਗੱਲ ਜਿਤਾਰਾਂ। ਬੋਲੋ ਹਾਲੇਲੂਇਆ। ਪ੍ਰਭੂ ਦੂਣਾ ਤਿਗਣਾ ਚੁਗਣਾ ਕਰਕੇ ਦੇ ਦਿੰਦਾ ਪਰ ਜ਼ਹਿਰ ਵਾਲਾ ਆਂਡਾ ਤੁਸੀਂ ਕੋ ਖਾਓ, ਪਾਸਟਰ ਖਾਵੇ, ਤੁਸੀਂ ਖਾਓਗੇ ਤੇ ਤੁਹਾਡੇ ਬੱਚੇ ਬਿਮਾਰ ਹੋਣਗੇ। ਮੈਂ ਅੱਜ ਦਸਮ ਤੇ ਪ੍ਰਚਾਰ ਨਹੀਂ ਆ, ਕਿਸੇ ਦਿਨ ਕਰਾਂਗੇ, ਭਾਵੇਂ ਤੁਸੀਂ ਨਾਰਾਜ਼ ਹੋ ਜਾਓ ਤੇ ਹੋ ਜਾਓ। ਬੋਲੋ ਹਾਲੇਲੂਇਆ। ਮੇਰਾ ਕੀ ਜਾਊਗਾ, ਮੇਰੇ ਕੋਲ ਤੇ ਦੋ ਜਾਣਗੇ, ਨਵੇਂ ਹੋਰ ਪ੍ਰਭੂ ਦੇ ਦਿੰਦਾ। ਬੋਲੋ ਹਾਲੇਲੂਇਆ। ਹੈ ਨਾ ਮੇਰੀਓ ਪਿਆਰੀਓ ਪਿਆਰੀਓ ਭੈਣੋ, ਜਿਹੜੇ ਡਰਦੇ ਨੇ ਨਾ ਉਹ ਜਿਵੇਂ ਔਰਤ ਆਈ ਜੱਸੂ ਦੇ ਕੋਲ, ਕਿੱਦਾਂ ਆਈ? ਡਰਦੀ ਡਰਦੀ ਆਈ ਵਿਚਾਰੀ। ਹੈ ਨਾ ਡਰਦੀ ਡਰਦੀ ਆਈ ਤੇ ਡਰਦੀ ਡਰਦੀ ਨੇ ਪੱਲਾ ਫੜ ਲਿਆ ਤੇ ਉਸੇ ਵੇਲੇ ਕੀ ਹੋ ਗਈ? ਚੰਗੀ ਹੋ ਗਈ। ਤੁਸੀਂ ਤਾਂ ਹੁੰਦੇ ਹੀ ਨਹੀਂ। ਹੈ ਨਾ ਬੋਲੋ ਹਾਲੇਲੂਇਆ। ਕਿਉਂਕਿ ਅਸੀਂ ਵਚਨ ਜਾਣਦੇ ਹਾਂ, ਪਰਮੇਸ਼ੁਰ ਨੂੰ ਜਾਣਦੇ ਹਾਂ, ਪਰ ਜਿਹੜੇ ਜੋ ਲਿਖਿਆ ਉਦਾਂ ਕਰਦੇ ਹੀ ਨਹੀਂ, ਉਦਾਂ ਨਹੀਂ ਨਾ ਕਰਦੇ ਜਿੱਦਾਂ ਲਿਖਿਆ। ਪਰ ਬਾਈਬਲ ਦੇ ਵਿੱਚ ਪ੍ਰਭੂ ਕਹਿੰਦਾ 6 ਦਿਨ ਹੀ ਕੰਮ ਕਰੋ। ਹੈ ਨਾ ਕਿ ਪ੍ਰਭੂ ਦਾ ਮਕਸਦ ਆ ਕੋਈ, ਵੀ ਜਿਹੜਾ ਉਹਨੇ ਕਿਹਾ ਵੀ 6 ਦਿਨ ਹੀ ਕੰਮ ਕਰੋ, 7ਵਾਂ ਦਿਨ ਮੈਨੂੰ ਦੇ। ਉਹਨੂੰ ਪਤਾ ਵੀ ਜੇ 7ਵਾਂ ਦਿਨ ਇਹਨਾਂ ਨੇ 7ਵੇਂ ਦਿਨ ਇਹਨਾਂ ਨੇ ਕੰਮ ਕਰ ਲਿਆ ਤੇ ਇਹਨਾਂ ਕੀ ਹੋ ਜਾਣਾ, ਮੁੜ ਕੇ ਬਿਮਾਰ ਹੋ ਜਾਣਾ। ਤੇ ਪ੍ਰਭੂ ਤੁਹਾਨੂੰ ਬਿਮਾਰ ਨਹੀਂ ਚਾਹੁੰਦਾ ਕਿ ਉਹ ਹੋ ਜਾਏ, ਉਹ ਪ੍ਰਭੂ ਤਾਂ ਹੀ ਕਹਿੰਦਾ 7ਵਾਂ ਦਿਨ ਮੈਨੂੰ ਦੇ ਦਿਓ ਤੇ 7ਵਾਂ ਦਿਨ ਮੈਨੂੰ ਦਿਓਗੇ ਤੇ ਮੈਂ ਤੁਹਾਨੂੰ ਦੂਣਾ ਤਿਗਣਾ ਕਰਕੇ ਦੇਵਾਂਗਾ। ਤੁਹਾਡੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਬਿਮਾਰੀਆਂ ਕਮਜ਼ੋਰੀਆਂ ਕਰਜ਼ਾ ਰਹੇਗਾ ਨਹੀਂ, ਸਰਾਪ ਪੈਂਦਾ ਸਰਾਪ, ਕਿਉਂਕਿ ਪ੍ਰਭੂ ਦੇ ਕਲਾਮ 'ਚ ਲਿਖਿਆ ਤੁਸੀਂ ਸਰਾਪੀਆਂ ਦੇ ਵੀ ਸਰਾਪੀ ਹੋ ਤੇ ਤੁਸੀਂ ਮੈਨੂੰ ਲੁੱਟਦੇ ਹੋ। ਕੀ ਕਰਦੇ ਹੋ? ਹੈ ਨਾ ਲੁੱਟਦੇ ਹੋ ਨਾ, ਨਹੀਂ ਠੱਗਦੇ। ਚਲੋ ਆਪਾਂ ਕੱਲ੍ਹ ਨੂੰ ਕਹਿਣਾ ਹੈ ਨਾ, ਅਗਲੇ ਕਹਿੰਦੇ ਯਾਰ ਮੈਂ ਏਦਾਂ ਹੀ ਮਾੜਾ ਵਾ, ਮੈਂ ਤਾਂ ਠੱਗ ਠੱਗ ਮੈਂ ਹੈ ਨਾ ਮੈਂ ਠੱਗੀ ਮਾਰਦੀ ਨੇ। ਹੁਣ ਕਈ ਵਿਸ਼ਵਾਸੀ ਭੈਣ ਕਹਿੰਦਾ ਭਾਜੀ ਮੈਂ ਤਾਂ ਕਦੀ ਠੱਗੀ ਮਾਰਦੀ ਨੇ। ਉਹ ਯੱਸੂ ਦੀ ਤੁਸੀਂ ਯੱਸੂ ਦਾ ਹੈ ਪਾਸਟਰ ਦਾ ਇੱਕ ਆਂਡਾ ਖਾਈ ਜਾਂਦੇ ਨੇ, ਪਾਸਟਰ ਦੀ ਇੱਕ ਰੋਟੀ ਖਾਈ ਜਾਂਦੇ ਨੇ, ਹੈ ਨੌ ਲੈਂਦੇ ਜੇ ਤੁਸੀਂ ਤੇ। ਬੋਲੋ ਹਾਲੇਲੂਇਆ। ਹੈ ਪ੍ਰਭੂ ਤੁਹਾਨੂੰ 9 ਦੇਵੇ ਤੇ ਹੈ ਇੱਕ ਜਿਹੜਾ ਵਿਚਾਰੇ ਦਾ ਬਣਦਾ ਉਹ ਵੀ ਤੁਸੀਂ ਖਾ ਜਾਂਦੇ ਤੇ ਤੁਸੀਂ ਬਿਮਾਰ ਹੀ ਹੋਣਾ। ਹੈ ਨਾ ਹੋ ਸਕਦਾ ਵੀ ਭੈਣ ਇੱਦਾਂ ਹੀ ਕਰਦੀ ਹੋਵੇ ਤਾਂ ਹੀ ਬਿਮਾਰ ਹੋਈ ਕਿ
ਤਾਂ ਇਹਨੇ ਸਾਰਾ ਕੁਝ ਕੀ ਕਰ ਲਿਆ, ਸਾਰਾ ਕੁਝ ਖਾਲੀ ਹੋ, ਸਾਰਾ ਕੁਝ ਬਾਬਿਆਂ ਨੂੰ ਹਕੀਮਾਂ ਨੂੰ ਇਹਨੇ ਦੇ ਦਿੱਤਾ। ਅੱਛਾ, ਹੁਣ ਆਪਾਂ ਇੱਧਰ ਨਹੀਂ ਜਾਵਾਂਗੇ, ਅੱਗੇ ਵਧਾਂਗੇ ਥੋੜ੍ਹਾ ਜਿਹਾ ਵਚਨ ਦੇ ਵਿੱਚੋਂ। ਸਿੱਖੀ ਸਿੱਖੀ ਜਲਦੀ ਜਲਦੀ ਸਿੱਖ ਲਈਏ। ਵੇਖੋ, ਅਜੇ ਪ੍ਰਭੂ ਯਿਸੂ ਮਸੀਹ ਬੋਲਦਾ ਹੀ ਸੀ ਕਿ ਸਮਾਜ ਦੇ ਸਰਦਾਰ ਦੇ ਕਰੋ। ਹੁਣ ਆ ਗਿਆ ਦੂਸਰਾ ਵਿਸ਼ਾ। ਉਸ ਤੋਂ ਪਹਿਲੇ ਕੀ ਹੋਇਆ, ਜਦੋਂ ਉਹ ਚੁੱਪ ਚੁਪੀਤੇ ਆਈ, ਉਹ ਵੀ ਪੜ੍ਹਨਾ ਨਾ ਆਪਾਂ। ਚੁੱਪ ਚੁਪੀਤੇ ਆਈ ਤੇ ਫਿਰ ਕੀ ਹੋਇਆ, ਉਹ ਉਸ ਦੀ ਖਬਰ ਸੁਣ ਕੇ ਭੀੜ ਵਿੱਚੋਂ ਪਿੱਛੋਂ ਦੀ ਹੋ ਕੇ ਆਈ। ਹਾਂ, ਉਹਦੀ ਕੀ ਸੁਣੀ, ਉਹਨੇ ਖਬਰ ਸੁਣੀ ਕਿ ਉਹਨੇ ਭੀੜ ਦੇ ਵਿੱਚੋਂ ਨਿਕਲੇ। ਉਹਨੇ ਕਹੇ, ਇੱਥੇ ਜੱਸੂ ਜੱਸੂ ਹੈ ਨਹੀਂ ਆ, ਇੱਥੇ ਤਾਂ ਡਿਚਕ ਡਿਚਕ ਹੀ ਆ। ਉਹਨੇ ਜਦੋਂ ਪਤਾ ਲੱਗਣਾ ਵੀ ਇੱਥੇ ਜੱਸੂ ਨਹੀਂ ਹੈਗਾ, ਯਿਸੂ ਤੇ ਉਹ ਛੋਟੇ ਝੁੰਡਾਂ ਦੇ ਵਿੱਚ ਆ। ਬੋਲੋ ਹਾਲੇਲੂਯਾ। ਉਹਨੇ ਦੇਖਿਆ ਵੀ ਛੋਟੇ ਝੁੰਡਾਂ ਦੇ ਵਿੱਚ ਜੱਸੂ, ਉੱਥੇ ਜਾਂਦੀ ਆ ਤੇ ਉਹਦੇ ਵਿੱਚੋਂ ਨਿਕਲੀ। ਤੇ ਜਦੋਂ ਹੀ ਨਿਕਲੀ, ਉਹਨੂੰ ਅੱਛੀ ਤਲੀਮ ਮਿਲੀ, ਉਹਨੂੰ ਅਜਾਲੀ ਵੀ ਮਿਲ ਗਿਆ, ਉਹਨੂੰ ਪੁੱਛਣ ਵਾਲਾ ਵੀ ਮਿਲ ਗਿਆ, ਭੈਣ ਤੂੰ ਧਾਗੇ ਕਿਉਂ ਪਾਏ ਨੇ। ਬੋਲੋ ਹਾਲੇਲੂਯਾ। ਸੱਚੀ ਗੱਲ ਆ, ਅਜਾਲੀ ਪੁੱਛਦਾ ਕਿ ਨਹੀਂ, ਅਜਾਲੀ ਪੁੱਛਦਾ ਕਿ ਨਹੀਂ, ਤੂੰ ਭੈਣ ਐਤਵਾਰ ਕਿਉਂ ਨਹੀਂ ਆਈ, ਦੁਆ ਕਰਦੀ ਆ, ਬੰਦਗੀ ਕਰਦੀ ਆ, ਸ਼ਰਾਬਾਨੀ ਲਈ ਆ, ਲੈਣੀ ਆ ਸ਼ਰਾਬਾਨੀ, ਸ਼ਰਾਬਾਨੀ ਤੈਨੂੰ ਪਤਾ ਇਹਦਾ ਅਰਥ ਕੀ ਆ, ਇਹ ਕੌਣ ਪੁੱਛਦੇ, ਛੋਟੇ ਝੁੰਡ ਪੁੱਛਦੇ ਨੇ। ਬੋਲੋ ਹਾਲੇਲੂਯਾ। ਇਹ ਸਾਰਾ ਕੁਝ ਉਹੀ ਸਿਖਾਉਂਦੇ ਨੇ। ਬੋਲੋ ਹਾਲੇਲੂਯਾ। ਅਸਲੀ ਕੌਣ ਨੇ, ਬੋਲੋ ਹਾਲੇਲੂਯਾ, ਜਿਹੜੇ ਪ੍ਰਭੂ ਕਹਿੰਦਾ ਅੱਛਾ ਅਜਾਲੀ ਮੈਂ ਹਾਂ ਤੇ ਮੈਂ ਆਪਣੀਆਂ ਭੇਡਾਂ ਦੇ ਲਈ ਕੀ ਦਿੰਦਾ ਹਾਂ, ਜਾਨ ਦਿੰਦਾ ਹਾਂ। ਤੇ ਸਾਨੂੰ ਵੀ ਕੋਈ ਰਾਤ ਨੂੰ ਫੋਨ ਕਰੇ ਤੇ ਉਸੇ ਵੇਲੇ ਦੌੜ ਜਾਈਦਾ, 99 ਭੇਡਾਂ ਛੱਡ ਦੇਈਦੀਆਂ, ਇੱਕ ਵੱਲ ਭੱਜ ਜਾਈਦਾ। ਕਿਉਂ ਜਾਈਦਾ ਭਲਾ, ਕਿਉਂਕਿ ਮੈਂ ਆਪਣੀਆਂ ਭੇਡਾਂ ਲਈ ਕੀ ਦਿੰਦਾ ਹਾਂ, ਜਾਨ ਦਿੰਦਾ ਹਾਂ। ਬੋਲੋ ਹਾਲੇਲੂਯਾ। ਮੈਂ ਤੇ ਆਪਣੀ ਟੀਮ ਭੇਜਦਾ ਨਹੀਂ, ਕਿਉਂ ਭੇਜਾਂ, ਵੀ ਚੁਣਿਆ ਤੇ ਪਾਸਟਰ ਨੂੰ ਆ, ਟੀਮ ਨੂੰ ਥੋੜਾ ਚੁਣਿਆ, ਟੀਮ ਤੇ ਅਸੀਂ ਚੁਣੀ ਆ, ਹਨਾ, ਤੇ ਜਿਹੜੀ ਅਸੀਂ ਚੁਣੀ ਆ ਤੇ ਸਾਡੀ ਟੀਮ ਨਾਲ ਥੋੜਾ ਗੱਲ ਬਣਨੀ ਆ। ਜਿੰਨਾ ਚਿਰ ਖੁਦਾ ਨਾਲ ਚੁਣੇਗਾ ਤੇ ਖੁਦਾ ਦਾ ਚੁਣਿਆ ਹੋਇਆ ਜਦੋਂ ਹੀ ਘਰ ਜਾਏਗਾ, ਹੱਥ ਰੱਖੇਗਾ ਤੇ ਉਸਦੀ ਬਿਮਾਰੀ ਚਲੀ ਜਾਏਗੀ। ਆ ਵੇਖ ਲਓ, ਜਾਂਦੀ ਕਿ ਨਹੀਂ ਜਾਂਦੀ, ਜਦੋਂ ਆਪਾਂ ਹੱਥ ਰੱਖਦੇ ਹਾਂ, ਫੋਨ ਤੇ ਵੀ ਦੁਆ ਕਰਦੇ ਹਾਂ ਤੇ ਉਸੇ ਵੇਲੇ ਭੂਤ ਵੀ ਨਿਕਲ। ਤੁਹਾਡੀ ਟੀਮ ਵਿਚਾਰੀ ਜਿੰਨੀ ਮਰਜ਼ੀ ਆਰਾਧਨਾ ਕਰਦੀ ਵਧੀਆ, ਇਹਨਾਂ ਨੂੰ ਭੇਜਾਂਗੇ ਤੇ ਇਹਦਾ ਇਹਨਾਂ ਦੇ ਕਹਿਣ 'ਤੇ ਕੀੜੀ ਵੀ ਨਹੀਂ ਠੀਕ ਹੋਣੀ, ਕਿਉਂਕਿ ਇਹਨਾਂ ਨੂੰ ਖੁਦਾ ਨੇ ਚੁਣਿਆ ਨਹੀਂ, ਇਹਨਾਂ ਨੂੰ ਸਿਰਫ ਆਰਾਧਨਾ ਕਰਨ ਦੇ ਲਈ ਚੁਣਿਆ ਹੈ। ਇੱਕ ਵਾਰੀ ਉੱਚੀ ਬੋਲ ਦਿਓ, ਬੋਲ ਹਾਲੇਲੂਯਾ। ਅੱਛਾ, ਹੁਣ ਆਪਾਂ ਫਿਰ ਥੋੜ੍ਹਾ ਜਿਹਾ, ਹਾਂ, ਉਹ ਕੀ ਆਈ, ਉਹਨੇ ਕੀ ਕੀਤਾ, ਜੱਸੂ ਨੂੰ ਵੇਖਿਆ। ਜਦੋਂ ਹੀ ਉਹਨੇ ਜੱਸੂ ਦੀ ਖਬਰ ਸੁਣੀ, ਭੀੜ ਦੇ ਵਿੱਚੋਂ ਨਿਕਲ ਕੇ ਪਿੱਛੋਂ ਦੀ ਆਈ, ਆ ਕੇ ਯਿਸੂ ਦਾ ਉਸਨੇ ਪੱਲਾ ਕੱਪੜਾ ਹੀ ਛੂ ਲਿਆ, ਤਾਂ ਉਸ ਆਖਿਆ, ਹਾਂ ਸੁਣੋ, ਉਹਦਾ ਵਿਸ਼ਵਾਸ ਵੀ ਵੇਖੋ, ਉਹਨੇ ਇਹ ਕਿਹਾ ਕਿ ਮੈਂ ਨਿਰਾ ਯਿਸੂ ਦਾ ਪੱਲਾ ਹੀ ਸੂਵਾਂਗੀ, ਮੈਂ ਚੰਗੀ ਹੋ ਜਾਵਾਂਗੀ, ਨਿਰਾ ਪੱਲਾ ਸੂਣੂਗੀ ਤੇ, ਕਿਉਂਕਿ ਮੈਂ ਬੜਾ ਚਿਰ ਭੀੜ ਦੇ ਵਿੱਚ ਰਹੀ ਹਾਂ, ਬਹੁਤ ਮੈਂ ਸੰਸਾਰ ਦੇ ਵਿੱਚ ਰਹਿ ਕੇ ਮੈਨੂੰ ਕੁਝ ਨਹੀਂ ਮਿਲਿਆ, ਸਗੋਂ ਦੁੱਖ ਹੀ ਮਿਲਿਆ। ਬੋਲੋ ਹਾਲੇਲੂਯਾ, ਹਨਾ। ਤੇ ਉਹਨੇ ਕੀ ਕੀਤਾ, ਯਿਸੂ ਦਾ ਆਣ ਕੇ ਪੱਲਾ ਛੂ ਲਿਆ, ਤੇ ਉਹਨੇ ਆਪਣੇ ਅੰਦਰ ਮਹਿਸੂਸ ਕੀਤਾ ਕਿ ਮੈਂ ਕੀ ਹੋ ਗਈ ਆ, ਹੁਣ ਚੰਗੀ ਹੋ ਗਈ ਆ। ਹੁਣ ਜਦੋਂ ਚੰਗੀ ਹੋ ਗਈ, ਫਿਰ ਕੀ ਹੋਇਆ, ਅਤੇ ਯਿਸੂ
ਉਸ ਵੇਲੇ ਆਪਣੇ ਮਨ ਵਿੱਚ ਜਾਣ ਕੇ ਯਿਸੂ ਮਸੀਹ ਨੇ ਜਦੋਂ ਹੀ ਉਸ ਭੈਣ ਨੇ ਸੂਇਆ ਤੇ ਯਿਸੂ ਮਸੀਹ ਨੂੰ ਵੀ ਆਪਣੇ ਆਪ ਦੇ ਅੰਦਰ ਮਹਿਸੂਸ ਹੋਇਆ, ਮੇਰੇ ਵਿੱਚੋਂ ਸ਼ਕਤੀ ਨਿਕਲੀ ਆ, ਮੈਨੂੰ ਕਿਸੇ ਨੇ ਸੂਇਆ। ਚੇਲਿਆਂ ਨੂੰ ਯਿਸੂ ਮਸੀਹ ਕਹਿੰਦੇ ਕਿ ਮੈਨੂੰ ਕਿਸੇ ਨੇ ਸੂਇਆ ਆ, ਮੈਨੂੰ ਕਿਸੇ ਨੇ ਦਿਲੋਂ ਪੁਕਾਰਿਆ, ਉਹਦੀ ਆਵਾਜ਼ ਮੇਰੇ ਤੱਕ ਪਹੁੰਚ ਗਈ ਆ, ਉਸਨੇ ਮੈਨੂੰ ਸੂਇਆ ਕਿਸੇ ਨੇ। ਚੇਲੇ ਕਹਿੰਦੇ ਪ੍ਰਭੂ ਇੰਨੀ ਭੀੜ ਆ, ਤੈਨੂੰ ਕਿੰਨੇ ਦਵਾਈ ਜਾਣ ਡੇ ਸੀ, ਹੈ ਕਿੱਦਾਂ ਤੇਰੇ ਤੇ ਕੋਈ ਟੱਪਦਾ ਸੀ, ਕੋਈ ਉਧਰੋਂ ਖਿੱਚਦਾ ਸੀ, ਤੈਨੂੰ ਕੋਈ ਉਧਰੋਂ ਫੜੀ ਜਾਂਦਾ ਸੀ। ਬੋਲੋ ਹਾਲੇਲੂਯਾ। ਯਿਸੂ ਨੇ ਕਿਹਾ ਨਹੀਂ 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 ਨਹੀਂ, ਮੇਰੇ ਵਿੱਚੋਂ ਸ਼ਕਤੀ ਨਿਕਲੀ ਆ। ਜਦੋਂ ਉਹ ਸੂ ਰਹੀ, ਮੇਰੇ ਵਿੱਚੋਂ ਕੋਈ ਸ਼ਕਤੀ ਨਹੀਂ ਉਹਨਾਂ ਦੇ ਲਈ ਨਿਕਲ ਰਹੀ, ਮੇਰੇ ਵਿੱਚੋਂ ਕੋਈ ਉਹਨਾਂ ਦੇ ਲਈ ਚੰਗਿਆਈ ਨਹੀਂ ਸੀ ਨਿਕਲ ਰਹੀ, ਪਰ ਮੈਨੂੰ ਕਿਸੇ ਨੇ ਸੱਚੇ ਦਿਲ ਦੇ ਨਾਲ ਸੂਇਆ, ਪੂਰੀ ਰੂਹ ਸੱਚਾਈ ਦੇ ਨਾਲ ਮੈਨੂੰ ਸੂਇਆ। ਕਿਸੇ ਨੇ ਡਰਦੀ ਕੰਬਦੀ ਔਰਤ ਉਹ ਇੱਕ ਕੋਨੇ ਤੇ ਕੰਬ ਕੰਬ ਕੇ ਯਿਸੂ ਦੇ ਕੋਲ ਆ ਕੇ ਯਿਸੂ ਨੂੰ ਕਿਹਾ ਇਸ ਨੇ ਮੈਨੂੰ ਕੀ ਕੀਤਾ ਹੈ, ਸੂਇਆ ਹੈ। ਬੋਲੋ ਉੱਚੀ ਆਵਾਜ਼ ਨਾਲ ਬੋਲੋ। ਜਦੋਂ ਤੁਸੀਂ ਵੀ ਪਰਮੇਸ਼ੁਰ ਦੇ ਕੋਲ ਡਰਦੇ ਡਰਦੇ ਆਓਗੇ, ਪ੍ਰਭੂ ਨੂੰ ਸੂਓਗੇ ਤੇ ਕੀ ਹੋ ਜਾਓਗੇ, ਚੰਗੇ ਚੰਗੇ ਹੋ ਜਾਓਗੇ। ਅੱਗੇ ਥੋੜ੍ਹਾ ਜਿਹਾ ਵਚਨ ਫਿਰ ਆਪਾਂ 35 ਆਇਤ ਨੂੰ ਹੀ ਆਪਾਂ ਦੇਖਾਂਗੇ ਫਿਰ ਬਾਅਦ ਚ। ਹਾਂਜੀ ਨਹੀਂ 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 ਅਜੇ ਉਹੀ ਹਾਂ ਹਾਂ ਨਹੀਂ ਨਹੀਂ ਪਤਾ ਨਹੀਂ ਕੀ ਆ ਜੜ ਨਹੀਂ ਨਹੀਂ ਮੇਰੇ ਵਿੱਚੋਂ ਕੀ ਨਿਕਲੀ ਆ, ਸ਼ਕਤੀ ਨਿਕਲੀ। ਇੱਥੋਂ ਅਜੇ ਆਪਾਂ ਇੰਨਾ ਕੁ ਲਵਾਂਗੇ। ਅੱਛਾ ਚਲੋ ਆਪਾਂ ਹੁਣ